अस्सलाम वालेकुम, आप देख रहे हैं एनए न्यूज़ प्रोग्राम वारदात के साथ। मैं हूं आपका मेज़बान अंसर भट्टी। नाज़रीन, कोट अब्दुल मालिक के इलाका जवेर टाउन में मामूली तलख कलामी होती है। तलख कलामी के बाद झगड़ा शुरू होते होते 3 कत्लों तक पहुंच जाता है। मुलज़म अभी पुलिस की गिरफ्त में है, उससे मुकम्मल तफसीलात जानते हैं कि कैसे तलख कलामी हुई, कहाँ से झगड़ा शुरू हुआ, क्या कोई ज़ाती रंजश थी, क्या कोई लेन देन का मामला था, आखिरकार ऐसा हुआ क्या कि बात 3 कत्लों तक जा पहुंची। सारी तफसीलात जानते हैं, मेरे साथ रहिएगा। की नाम है? दिलबर। दिलबर कितने रहना है? जवेटों कोटा मेरा बाजार शरकपुर। पुलिस ने गिरफ्तार क्यों किया? नहीं ना हुई साढ़े को, मेरे को 302 हुई, एक बंदे ने मारिया मैं। अच्छा, तो हूँ मैं तो बुरी जमानतें कराई हैं। 12 तरीक भी जज अगे पेश होए, उन्होंने 22 तरीक का टाइम पाता। अच्छा, तो हूँ उत्तर मदई काफ़ी है, दई कोई क्यों अरफ के नाल ही बैग तुड़ जाते हैं। अच्छा, फास्ट वास्ट ही साढ़े तो परचा देता शनाव पेड़, शनाव पेड़ तो बंद होए, तो हूँ कढ़ा के लैनता इन्हें तो ठीक है ना। 302 की क्यों कतल किया क्यों? मैं आदि बशीर का बदला लिया भा। ਹੀਰਾ ਦਾ ਬਦਲਾ ਹੋਇਆ ਕੀ ਸੀ? ਫਾਇਰ ਲੱਗਾ ਸੀ ਉਹਦੇ ਹਮਸ਼ੀਰਾ ਨੂੰ। ਹਾਂਜੀ। ਕਿਹਨੇ ਮਾਰਿਆ ਸੀ? ਸ਼ਬਾਜ਼ ਨੇ। ਸ਼ਬਾਜ਼ ਨੇ ਕਿੱਥੇ ਰਹਿੰਦਾ ਸੀ? ਉਹ ਸ਼ਰਕਪੁਰ ਤਾਂ ਪਿੱਛੋਂ ਸ਼ਰਕਪੁਰ ਤਾਂ ਰਹਿੰਦਾ ਸਾਡੇ ਪਿੰਡ 'ਚ ਹੀ ਸੀ। ਕਿਹੜੇ ਪਿੰਡ 'ਚ? ਜਵੇਰ ਟਾਊਨ। ਜਵੇਰ ਟਾਊਨ? ਹਾਂਜੀ। ਅੱਛਾ, ਉਹਨੇ ਕਿਉਂ ਮਾਰਿਆ ਹਮਸ਼ੀਰਾ? ਲੜਾਈ ਹੋ ਪਈ ਸੀ ਸਰ ਜੀ। ਤੁਹਾਡੀ ਤੇ ਸ਼ਬਾਜ਼ ਦੀ? ਨਹੀਂ, ਮੇਰੀ ਨਹੀਂ ਹੋਈ ਸੀ, ਤੇ ਪਰ ਮੈਂ ਘਰ ਆ ਗਿਆ ਸੀ। ਅੱਛਾ, ਇਹ ਰਖਾ ਦੀ ਕਿਤੇ ਲੜਦੇ ਰਹੇ ਨੇ ਆਪਸ ਵਿੱਚ, ਮਾਮੂਲੀ ਲੜਾਈ ਹੋਈ? ਹਾਂਜੀ, ਤੇ ਉੱਥੇ ਮੈਂ ਗਿਆ, ਉਹ ਜਵੇੜਾ ਮਾਰਨ ਲੱਗ ਪਏ। ਅੱਛਾ, ਉਹ ਇੰਡੀਅਨ ਅੰਦਰ ਗਿਆ ਪਸੋਲ ਲਿਆ दुश्मनी चल रही की गल हुई? नहीं, ये माफिया मांगना हूं, माफ कर दो। ਤੇ ਹੁਣ ਕਿਹਾ ਜੋ ਠੀਕ ਹੈ, ਸੁਲਾਹ ਕਰ ਲਈ? ਸੁਲਾਹ, ਪੈਸਾ ਕੋਈ ਨਹੀਂ ਲੈਣ ਦੇ ਕੋਲ, ਫ੍ਰੀ ਚ ਸੁਲਾਹ ਕਰ ਲਈ ਫ੍ਰੀ। ਮੈਂ ਕਿਹਾ ਮਰਨ ਵਾਲਾ ਤੇ ਮਰ ਗਿਆ, ਦਿਲ 'ਚ ਰੰਜਿਸ਼ ਰੱਖੀ ਗਏ ਤੇ ਕੋਈ ਬਦਲਾ ਲੈਣ, ਚੋ ਰੱਖਣੀ ਤੇ ਗਈ ਸੀ। ਅੱਛਾ, ਤੇ ਉਹਨਾਂ ਨਾਲ ਮਾਰ ਛੱਡਿਆ ਨੂੰ, ਤੇ ਵੀ ਮੇਰੇ ਸੁਲਾਹ ਹੋ ਗਈ। ਸੁਲਾਹ ਤੋਂ ਕਿੰਨੀ ਦੇਰ ਬਾਅਦ ਮਾਰਿਆ? 2 ਸਾਲ ਭਾਈ ਬਾਹਰ ਸੁਲਾਹ ਹੋ ਗਈ, 2 ਸਾਲ ਬਾਅਦ ਫਿਰ ਸ਼ਬਾਜ਼ ਨੂੰ ਮਾਰਤਾ। ਕਿਸ ਤਰ੍ਹਾਂ ਮਾਰਿਆ? ਭੱਲੂ ਮੇਰੇ ਨਾਲ ਸੀ, ਠੀਕ ਹੈ। ਉਹ ਭੱਲੂ ਕੌਣ ਨੇ? ਉਹਨਾਂ ਦਾ ਭਨੇਵਾ ਹੀ ਲੱਗਦਾ, ਪੰਜ ਗੱਲ ਸ਼ਬਾਜ਼ ਦਾ ਭਨੇਵਾ, ਗੱਲ ਮੈਨਾਂ ਕਿ ਨਹੀਂ ਹੁੰਦੀ, 8-9 ਜਣੇ ਗੱਲ ਮੈਂ। ਅੱਛਾ, ਤੇ ਉੱਥੇ ਨੂੰ ਗਿਆ ਤੇ ਮੈਨੂੰ ਕਹਿੰਦਾ ਯਾਰ ਇਹਨਾਂ ਮੇਰੀ ਮਾਂ ਵੀ ਮਰਵਾਤੀ। ਉਹ ਭੱਲੂ ਕਹਿੰਦਾ? ਭੱਲੂ ਕਹਿੰਦਾ ਇਹਨਾਂ ਮੇਰੀ ਮਾਂ ਵੀ ਮਰਵਾਤੀ, ਪੈਸੇ ਲੈ ਖਾ ਗਏ, ਤੇਰੀ ਭੈਣ ਵੀ ਮਰ ਗਈ, ਤੇ ਆਪਾਂ ਬਦਲਾ ਲੈਂਦੇ। ਕਿਉਂ ਨਾ ਇਹਨਾਂ ਕੋਲ ਬਦਲਾ ਲੈ ਲਈਏ? ਹਾਂਜੀ, ਕਹਿੰਦਾ ਰੋਂਦਾ ਹੁੰਦਾ ਸੀ ਮੇਰੇ ਕੋਲ। ਅੱਛਾ, ਤੇ ਮੈਂ ਕਿਹਾ ਨਹੀਂ ਯਾਰ, ਮੈਂ ਭੱਲੂ ਕਹਿੰਦਾ ਨਹੀਂ, 3 ਦਿਨ ਲਗਾਤਾਰ ਆਇਆ ਮੈਂ, ਮੈਂ ਕਿਹਾ ਰਹਿਣ ਦੇ ਯਾਰ ਤੂੰ, ਤੇ ਠੀਕ ਹੈ। ਤੇ ਫਿਰ ਮੈਨੂੰ ਕਹਿੰਦਾ ਤੂੰ ਅੱਜ ਨਾ ਆਇਆ, ਜੇ ਤੇਰੇ ਨਾਲ ਵੀ ਸ਼ਬਾਜ਼ ਨਾਲ ਵਾਅਦਾ ਘਾਟਾ ਘਾਟ ਤੇ ਦੇਣਾ ਹੀ ਹੈ। ਅੱਛਾ, ਉਹ ਕਹਿੰਦਾ ਮੇਰੇ ਨਾਲ ਤੂੰ ਨਾ ਗਿਆ ਤੇ ਇਹਨਾਂ ਤੇਰੇ ਨਾਲ ਵੀ ਵਾਅਦਾ ਘਾਟਾ ਕਰ ਦੇਣਾ, ਤੈਨੂੰ ਇਹਨਾਂ ਨਾਲ ਮਾਰ ਦੇਣਾ ਹੀ। ਅੱਛਾ, ਫਿਰ ਮੈਂ ਘਰ ਗਿਆ, ਮੈਂ ਸੋਚਿਆ ਪਿਆ ਕਿ ਮੈਂ ਕਿਹਾ ਯਾਰ ਵਾਕਈ ਮੇਰੀ ਪਿਛੇ ਲੱਗ ਕਤਲ ਹੋ ਗਈ, ਇਸ ਦੀ ਕੁਛ ਨਹੀਂ ਕੀਤਾ, ਤੇ ਮੇਰੀ ਲੱਤਾਂ ਹੀ ਵੱਜ ਗਏ ਤੇ ਮੇਰੇ ਬੱਚੇ ਰੁਲ ਜਾਣੇ। ਅੱਛਾ, ਉਹਨਾਂ ਕਿਨਾਂ ਕਮਾਉਣ ਵਾਲਾ ਹੋਣਾ, ਤੇ ਮੈਂ ਆਪ ਹੀ ਕੱਢ ਲੈਂਦੀ। ਉਹ ਗਿਆ ਬੂਹਾ ਖੜਕਾਇਆ, ਪਹਿਲਾਂ ਉਹਨੇ ਮੈਨੂੰ ਫੋਨ ਕੀਤਾ ਹੈਗਾ ਸੀ। ਭੱਲੂ ਤੇਰੇ ਨਾਲ ਗਿਆ ਸੀ ਉਸ ਵਕਤ? ਨਹੀਂ, ਉਹ ਅੰਦਰ ਹੀ ਹੈਗੇ ਸੀ, ਰਾਈਫਲ ਹੁੰਦੀ ਹੱਥ 'ਚ ਸੀ, ਠੀਕ ਹੈ। ਅੱਛਾ, ਸ਼ਬਾਜ਼ ਦੇ ਕਿ ਭੱਲੂ ਦੇ? ਭੱਲੂ ਦੇ, ਉਹਦਾ ਗਨ ਮੈਂ ਨੇ 8-9 ਜਣੇ ਬੈਠੇ ਥੱਲੇ ਅਸਲਾ ਲੈ ਗਏ। ਅੱਛਾ ਅੱਛਾ, ਤੇ ਮੁੰਡੇ ਹੀ ਵਿੱਚ ਲਖਵਾਏ ਨੇ, ਠੀਕ। ਅੱਛਾ, ਤੇ ਫਿਰ ਮੈਨੂੰ ਕਹਿੰਦਾ ਆ ਯਾਰ ਇਹਨੂੰ ਮਾਰ ਦੀ। ਮੈਂ ਚਲੋ ਕੋ ਨਹੀਂ ਗਾ, ਤੇ ਉਹਨਾਂ ਮੈਨੂੰ ਬੂਹਾ ਖੜਕਾ ਖੋਲਿਆ, ਮੈਂ ਉਹਨਾਂ ਨੂੰ ਖੋਲ ਕੇ ਤਾਂ ਖੜਕਾਇਆ, ਕਹਿੰਦਾ ਆਈ ਆ, ਮੈਂ ਕਿਹਾ, ਕਹਿੰਦਾ ਉੱਤੇ ਸੁੱਤੇ ਹੀ, ਉਹਨੂੰ ਤਾਂ ਇੰਨਾ ਪਤਾ ਹੁਣ ਥੱਲੇ ਸੁੱਤੇ ਕੁੱਤੇ ਸੁੱਤੇ ਹੋ। ਹਾਂਜੀ, ਤੇ ਉਹ ਕਹਿੰਦਾ ਉੱਤੇ ਸੁੱਤੇ, ਗਿਆਨ ਮੈਂ ਨਹੀਂ ਤੈਨੂੰ ਦੱਸਿਆ। ਹਾਂਜੀ, ਕਹਿੰਦਾ ਉੱਤੇ, ਉਹਨੂੰ ਤਾਂ ਇੰਨਾ ਨੂੰ ਪਤਾ, ਮੈਂ ਉਹਨਾਂ ਘਰ ਘਰ ਰਹਿੰਦਾ, ਉਹਨੂੰ ਤਾਂ ਇਹ ਹੀ ਪਤਾ ਹੋਣਾ ਜਿਹੜੇ ਥੱਲੇ ਤੇ ਪਰ ਉੱਤੇ ਸੀ, ਤੇ ਉਹ ਮਾਰੇ ਫੈਰ ਥੱਲੇ ਆ ਗਏ। ਫੈਰ ਮਾਰੇ ਕਿੰਨੇ? 7। 7 ਕਿੱਥੇ? ਦਿਮਾਗ 'ਚ, ਪੂਰੀ ਮੈਗਜ਼ੀਨ ਖਾਲੀ ਕਰਤੀ ਉਹਦੇ ਦਿਮਾਗ 'ਚ। ਅੱਛਾ, ਫਿਰ ਕੁਛ ਨਹੀਂ, ਮੈਂ ਥੱਲੇ ਆ ਗਏ। ਫੜਿਆ ਕਿਵੇਂ ਗਿਆ? ਫੜਿਆ ਨਹੀਂ ਗਿਆ ਭਾ, ਬਸ ਥੋੜ੍ਹੀ ਗੈਮ ਚੱਲ ਗਈ ਸਾਡੇ ਨਾਲ। ਕਿਸ ਤਰ੍ਹਾਂ ਦੀ? ਉਹ ਕਚਹਿਰੀਆਂ ਹੀ ਪੇਸ਼ ਹੋਏ 22 ਤਰੀਕ, 12 ਤਰੀਕ ਪੇਸ਼, ਅਤੇ ਉਹਨਾਂ ਜੱਜ ਨੇ ਸਾਨੂੰ 22 ਤਰੀਕ ਪਾਤੀ, ਅਤੇ ਉਹ ਅਸੀਂ ਕਿਹਾ ਮੁੰਡੇ ਹੀ ਉੱਥੇ ਜ਼ਿਆਦੇ ਆ, ਅਸੀਂ 2 ਜਣੇ ਸੀ। ਅੱਛਾ, ਮੈਂ ਕਿਹਾ ਵੀ ਕੋਈ ਕੰਮ ਖਰਾਬ ਨਾ ਹੋਵੇ, ਗੱਡੀ ਤਾਂ ਨਾਲ ਹੀ ਪੈ ਕੇ ਆ ਗਏ। ਅੱਛਾ, ਉਹ ਕਹਿੰਦਾ ਜੀ ਤੁਹਾਨੂੰ ਛੱਡ ਦਾਂਗੇ। ਕਿਹੜੀ ਗੱਡੀ ਦੇ? ਇਸੇ ਥਾਣੇ ਪੁਲਿਸ ਦੇ ਨਾਲ। ਅੱਛਾ, ਇਹਨਾਂ ਨਾਲ ਬਹਿ ਕੇ ਆਏ, ਇਹਨਾਂ ਨਾਲ ਸਾਡੇ ਪਛਾਣ ਪੇੜ ਦਾ ਪਰਚਾ ਪਾਤਾ। ਅੱਛਾ, ਫਿਰ ਸਾਨੂੰ ਜੇਲ੍ਹ 'ਚ ਲੈ ਗਏ ਅਸੀਂ ਬਾਈ, ਅਤੇ 29-31 ਤਰੀਕ ਨੂੰ ਅਸੀਂ ਬਾਹਰ ਆਏ, ਅਤੇ ਹੁਣ ਇੱਥੇ ਖਲੋਤੇ ਹੋਏ ਤੁਹਾਡੇ ਕੋਲ। ਹੁਣ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੀ ਸੁਲਾਹ ਹੁੰਦੀ ਫਿਰਦੀ। ਹਾਂਜੀ, ਅਗਰ ਉਹ ਦਿਲ 'ਚ ਰੰਜਿਸ਼ ਰੱਖ ਲੈਂਦੇ ਤਾਂ ਫਿਰ ਇਹ ਨਹੀਂ ਸੋਚਿਆ? ਹੈਂ, ਰੱਖ ਲੈਣ, ਨਹੀਂ ਸੁਲਾਹ ਹੁੰਦੀ ਹੈ, ਸੁਲਾਹ ਕਰਕੇ ਤੁਸੀਂ ਵੀ ਕਤਲ ਕੀਤਾ ਨਾ, ਅਗਰ ਉਹ ਦਿਲ 'ਚ ਕੋਈ ਐਸੀ ਖਾਰ ਰੱਖ ਲੈਣ
कि सुलह कर लेने चलो बाहर आ जाने फिर तेनों भी कतल कर दें सोच चलो पिछले मगर पूछने वाले आया फिर हूँ बच्चे किन्ने तीन तीन कबूतर जी सिस्टर कतल हो गई से भी बचे हाँ जी एक मुंडा एक बेटी है शबाज के किन्ने बचे उनकी दो कुड़ियाँ मतलब कि दोवें खानदान तबाह हो गए हूँ उम्मीद है कि सुलह हो के बाद चो कोई ऐसा मामला नहीं होगा कतल जड़ी खत्म हो गई फायदा की किसी कहना पूरे उम्मीद है कि दोबारा जो कतलो गारत नहीं होगी ना सा दुश्मनी उनके ना भैन मेरी उनके को मरी तो उन्होंने मार छे पिछले जी जे ने सुलह वास्त राजी ने पता नहीं सर जी हो गल तुरती पी है अच्छा गल टुरन दी अच्छा एक सारे बकूबे एक की पैगाम देना चाहेंगे लड़ाई कितों शुरू हुई कितने आके खत्म हुई भाजी मेरी इन्होंने भैन मारी तो मैं मारना है ठंड यही मेरा जवाब एक मामूली गल तो लड़ाई शुरू हुई सी पहले कोई दुश्मनी चलती पी नहीं कोई साड़ी दुश्मनी नहीं है एक मामूली गल तो लड़ाई कोई दुश्मनी नहीं है ये साडे महल्ले च आया ये पोर्टर वेचन लग गया भी पी बंदे ना रख लग गया मंजा डाक इसलिए लग वेचन लग गया सारों सारा ही पता ठीक है ना तो वो सू बदमाशी लाता है अच्छा। मेरे बुए को आने फायरिंग कर गई रात अच्छा सा नींद हराब की मैं तो भैन बड़ा कि उत्ते ना आ जाए तो हूँ मार छे मैं ठीक हूँ मुतमाइन है हूँ कोई दिल से खौफ नहीं है या परेशानी नहीं कि मैं पुलिस की हिरासत हाँ छुटांगा या इतों नहीं कोई परेशानी नहीं नहीं कोई खौफ ना हूँ किया भुगतना तो आइए नाजरीन आपने मुकम्मल गुफ्तगू सुनी किस तरह कत्ल किया गया कहाँ से लड़ाई शुरू हुई एक मामूली बात से लड़ाई शुरू हुई और कत्ल तक पहुँची एक कत्ल नहीं तीन कत्ल हो गए इस लड़ाई में और अभी सुलह हो रही है इसी का कहना है कि अभी सुलह की बात चल रही है लेकिन ये यकीन नहीं किया जा सकता कि सुलह होने के बाद फिर कोई कत्ल होगा कहाँ से लड़ाई शुरू होती है एक मामूली सी बात पे खुदारा मैं अपनी वाम से यही कहना चाहूँगा कि लड़ाई से गुरेज करें अगर कोई बात करता भी है तो खुदा के लिए उसको जाने दें उसको उसी के हाल पर छोड़ दें नहीं तो ये अंजाम हो सकता है एक कत्ल की बजाय तीन तीन हो सकते हैं घर के घर उजड़ जाते हैं खानदान के खानदान तबाह हो जाते हैं आज के लिए बस इतना ही हमें दीजिए इजाज़त और देखते रहिए एनी न्यूज़ अल्लाह हाफिज़।